ਸਾਡੇ ਭਾਈ ਅੰਮ੍ਰਿਤਪਾਲ ਸਿੰਘ ਜੀ ਯਿਸੂ ਮਸੀਹ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਕਰ ਰਹੇ ਨੇ, ਹੈ ਨਾ। ਪਿੱਛੇ ਉਹਨਾਂ ਦੀ ਇੱਕ ਵੀਡੀਓ ਬੜੀ ਵਾਇਰਲ ਹੋਈ ਇਸ ਚੀਜ਼ ਦੇ ਉੱਪਰ ਕਿ ਉਹਨੇ ਕਿਹਾ ਕਿ ਜਿਹੜਾ ਯਿਸੂ ਮਸੀਹ ਜਿਹੜਾ ਸੂਲੀ ਉੱਪਰ ਸੀ ਉਹ ਆਪਣੇ ਆਪ ਨੂੰ ਨਹੀਂ ਬਚਾ ਪਾਇਆ ਤੇ ਤੁਹਾਨੂੰ ਕੀ ਬਚਾਏਗਾ। ਉਹਨਾਂ ਨੂੰ ਇਹ ਦੱਸਣਾ ਵੀ ਜਦੋਂ ਯਿਸੂ ਮਸੀਹ ਨੂੰ ਸੂਲੀ ਤੇ ਟੰਗਿਆ ਜਾ ਰਿਹਾ ਸੀ ਤੇ ਯਿਸੂ ਮਸੀਹ ਆਪਣੇ ਆਪ ਨੂੰ ਨਹੀਂ ਬਚਾ ਸਕਿਆ ਤੇ ਫਿਰ ਤੁਸੀਂ ਦੱਸੋ ਵੀ ਤੁਹਾਡੀ ਕੀ ਰਾਖੀ ਕਰੂਗਾ। ਬੋਲੋ ਕੀ ਪਾਏਗਾ, ਜਿਹੜਾ ਆਪਣੇ ਆਪ ਨੂੰ ਨਹੀਂ ਬਚਾ ਪਾਇਆ ਉਹ ਤੁਹਾਨੂੰ ਕੀ ਬਚਾਏਗਾ। ਸਮਝ ਆ ਜੀ। ਫਿਰ ਉਹਨਾਂ ਦਾ ਦੂਸਰਾ ਬਿਆਨ ਸੀ ਕਿ ਤੁਹਾਡੀ ਬਾਈਬਲ ਦੇ ਵਿੱਚ ਲਿਖਿਆ ਆ ਕਿ ਯਿਸੂ ਮਸੀਹ ਨੇ ਕਿਹਾ ਆ ਕਿ ਹੇ ਪਰਮੇਸ਼ਰ ਮੈਨੂੰ ਤੂੰ ਕਿਉਂ ਛੱਡ ਦਿੱਤਾ। ਤੇ ਉਹਨੇ ਸ਼ਬਦ ਬੋਲੇ ਨੇ ਗੋਡ ਵਾਈ ਹੈਵ ਯੂ ਫੋਰਸੇਕਨ ਮੀ, ਇਹਦਾ ਪੰਜਾਬੀ ਚ ਅਰਥ ਹੈ ਪਰਮਾਤਮਾ ਤੂੰ ਮੇਰਾ ਸਾਥ ਛੱਡ ਦਿੱਤਾ। ਕਿਉਂ ਛੱਡਿਆ? ਯਿਸੂ ਮਸੀਹ ਨੇ ਸਵਾਲ ਕੀਤਾ ਪਰਮਾਤਮਾ ਨੂੰ ਵੀ ਤੂੰ ਮੇਰਾ ਸਾਥ ਕਿਉਂ ਛੱਡਿਆ ਹੈ। ਬੋਲੋ ਕੀ ਆ, ਹੁਣ ਤੁਹਾਡਾ ਯਿਸੂ ਕਹਿ ਰਿਹਾ ਹੇ ਪਰਮੇਸ਼ਰ ਤੂੰ ਮੈਨੂੰ ਕਿਉਂ ਛੱਡਤਾ। ਉਹ ਕਹਿ ਰਹੇ ਨੇ ਕਿ ਸਾਡੇ ਗੁਰੂ ਸਾਹਿਬਾਨ ਨੇ ਸਵੈ ਇੱਛਾ ਚੁਣੀ ਔਰ ਉਹ ਤੱਤੀਆਂ ਤਵੀ ਤੇ ਉੱਪਰ ਬਹਿ ਗਏ। ਉਹਨਾਂ ਨੇ ਇਹ ਨਹੀਂ ਕਿਹਾ ਕਿ ਤੂੰ ਮੈਨੂੰ ਕਿਉਂ ਛੱਡਤਾ। ਬੋਲੋ ਕੀ ਆ, ਤੂੰ ਮੈਨੂੰ ਕਿਉਂ ਛੱਡਤਾ। ਉਹਨਾਂ ਦਾ ਕਹਿਣਾ ਇਹ ਹੈ ਦੂਸਰੇ ਬਿਆਨ ਵਿੱਚ ਕਿ ਤੂੰ ਮੈਨੂੰ ਕਿਉਂ ਛੱਡਤਾ, ਤੁਹਾਡੀ ਬਾਈਬਲ 'ਚ ਲਿਖਿਆ। ਪਰ ਮੈਂ ਇਹ ਗੱਲ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਾਂ ਤੂੰ ਇਸ ਗੱਲ ਨੂੰ ਚੰਗੀ ਤਰ੍ਹਾਂ ਸਿੱਖ ਲੈਣ, ਸਮਝ ਲੈਣ ਕਿ ਜਿਹੜੀ ਗੱਲ ਬਾਈਬਲ ਦੇ ਅੰਦਰ ਉਹਨਾਂ ਨੇ ਉਸ ਐਤ ਨੂੰ ਪੜ੍ਹ ਕੇ ਇਹ ਗੱਲ ਬੋਲੀ ਆ ਉਹਦਾ ਮਤਲਬ ਕੀ ਹੈ। ਬੋਲੋ ਕੀ ਆ। ਚਲੋ ਮੈਂ ਅੱਜ ਤੁਹਾਨੂੰ ਮਤਲਬ ਸਮਝਾਉਣਾ ਕੀ ਆ। ਅਸੀਂ ਇੱਕ ਵਚਨ ਦੇਖਦੇ ਹਾਂ ਮੱਤੀ, ਜਿਹੜੀ ਗੱਲ ਉਹਨਾਂ ਨੇ ਬੋਲੀ ਆ ਮੱਤੀ ਕੱਢੋ, ਮੱਤੀ 27 ਅਧਿਆਏ ਤੋਂ 27 ਦੀ ਅਸੀਂ ਪੜ੍ਹਾਂਗੇ 46 ਆਇਤ ਨੂੰ। ਇੱਥੇ ਲਿਖਿਆ ਤੀਸਰੇ ਪਹਿਰ ਕੇ ਨਿਕਟ ਯਿਸੂ ਨੇ ਬੜੇ ਸ਼ਬਦ 'ਚ ਪੁਕਾਰ ਕਰ ਕਿਹਾ ਏਲੀ ਏਲੀ ਲਬਾ ਸ਼ਬਕਤਾਨੀ, ਅਰਥਾਤ ਹੇ ਪਰਮੇਸ਼ਰ ਤੂਨੇ ਮੁਝੇ ਕਿਉਂ ਛੋੜ ਦਿਆ, ਤੂਨੇ ਮੁਝੇ ਕਿਉਂ ਛੋੜ ਦਿਆ। ਤਾਂ ਉਹ ਕਹਿ ਰਹੇ ਸੀ ਕਿ ਮਤਲਬ ਕੀ ਕਹਿ ਰਹੇ ਸੀ ਕਿ ਤੁਹਾਡੀ ਪਵਿੱਤਰ ਬਾਈਬਲ ਦੇ ਅੰਦਰ ਤੁਹਾਡੀ ਯਿਸੂ ਮਸੀਹ ਨੇ ਇਸ ਤਰ੍ਹਾਂ ਬੋਲਿਆ ਹੈ। ਬੋਲੋ ਕੀ ਆ, ਜਿੱਦਾਂ ਇੰਗਲਿਸ਼ ਦੇ ਵਿੱਚ ਬੋਲਿਆ ਓ ਗੋਡ ਵਾਈ ਹੈਵ ਯੂ ਫੋਰਸੇਕਨ ਮੀ, ਮਤਲਬ ਤੂੰ ਮੈਨੂੰ ਕਿਉਂ ਛੱਡ ਦਿੱਤਾ, ਤੂੰ ਮੈਨੂੰ ਕਿਉਂ ਛੱਡ ਦਿੱਤਾ। ਪਰ ਇਸ ਜਗ੍ਹਾ 'ਤੇ ਜੋ ਗੱਲ ਲਿਖਿਤ ਰੂਪ ਵਿੱਚ ਲਿਖੀ ਗਈ ਹੈ, ਬੋਲੋ ਕੀ ਆ, ਇਹਦਾ ਮਤਲਬ ਕੁਛ ਹੋਰ ਆ। ਇਹਦੀ ਕਈ ਮੀਨਿੰਗਸ ਨੇ, ਇੱਕ ਨਹੀਂ ਹੈ। ਬੋਲੋ ਕੀ ਆ, ਇਹਦੇ ਕਈ ਮੀਨਿੰਗਸ ਨੇ, ਇੱਕ ਨਹੀਂ ਹੈ। ਏਲੀ ਦਾ ਮਤਲਬ, ਏਲੀ ਉਹ ਕਿਹਨੂੰ ਬੋਲ ਰਿਹਾ? ਪਰਮੇਸ਼ਰ ਨੂੰ। ਬੋਲੋ ਕੀ ਆ, ਏਲੀ ਮਤਲਬ ਪਰਮੇਸ਼ਰ, ਲਬਾ ਸ਼ਬਕਸਤਾਨੀ। ਤਾਂ ਇਹਦਾ ਮਤਲਬ ਆ ਬਚਾਉਣਾ, ਰੱਖਣਾ, ਅਨੁਮਤੀ ਦੇਣਾ, ਸੁਰੱਖਿਅਤ ਰੱਖਣਾ। ਕਈ ਮੀਨਿੰਗਸ ਨੇ, ਇੱਕ ਨਹੀਂ ਹੈ। ਇਹਦਾ ਇਹ ਵੀ ਮੀਨਿੰਗ ਆ
कि तूने मुझे इससे उद्देश्य के लिए रखा था। यीशु मसीह ने की क्या, तूने मुझे इससे उद्देश्य के लिए रखा था। कई मीनिंग है, एक नहीं है, क्योंकि एक जगह ते परमेश्वर ने यशायाह दी पुस्तक च लिखिया कि उन्हें क्या, तेरे विचारा और मेरे विचारा च जमीन असमान का अंतर है। किन्ना है? और अफीसियों की पत्री च लिखिया, असं इस वचन भी देखा, अफीसियों की पत्री, अफीसियों 3 दी पढ़ांगे 17 तो। और विश्वास के द्वारा मसीह तुम्हारे हृदयों में बसे कि तुम प्रेम में जड़ पकड़ और नींव डालकर सब पवित्र लोगों के साथ भली भांति समझने की शक्ति पाओ कि उसकी चौड़ाई और लंबाई और ऊंचाई और गहराई कितनी है, और मसीह के उस प्रेम को जान सको जो ज्ञान से परे है, तुम परमेश्वर की सारी भरपूरी तक परिपूर्ण हो जाओ। क्या हो जाओ? तुम परमेश्वर की सारी भरपूरी तक परिपूर्ण हो जाओ, और उस परमेश्वर की उस शक्ति को, उसकी चौड़ाई लंबाई ऊंचाई गहराई कितनी कहे। बोलो क्या है? तुम मसीह के उस प्रेम को जान सको जो ज्ञान से परे। बोलो क्या है? जो ज्ञान से परे। तो उस परमेश्वर की लंबाई चौड़ाई गहराई कितनी कहे, उन्हें कोई जानता नहीं है। इसलिए ये जो गल्लां लिखिया गई ने, इन्हां दा बड़ा वड्डा मीनिंग है, मतलब है। अगर इस जगह ते लिखिया यीशु मसीह ने क्या है, परमेश्वर लीली लबा शपक तानी, तूने मुझे हे परमेश्वर तूने मुझे क्यों छोड़ दिया, तूने मुझे क्यों छोड़ दिया। अगर मान लो उन्हें छड़ दिता हुंदा, तो यीशु मसीह तीसरे दिन फिर मुर्दियां विच्चों किस तरह जी उठते। बोलो, अगर परमेश्वर ने उन्हें छड़ दिता, फिर वह तीसरे दिन मुर्दियां चो किवें जी उठे, क्योंकि यीशु मसीह की अज भी कबर की है, खाली है। और बाइबल च लिखिया, पर यीशु मसीह परमेश्वर दे सज्जे हथ की ने, विराजमान ने, बैठे हुए ने। बोलो की ने, विराजमान ने, बैठे हुए ने, परमेश्वर दे सज्जे हथ विराजमान ने अज भी। इसलिए अज जो असी विनती प्रार्थनावां करते हैं कि नाम च मंगते हैं, तो अज भी वह प्रार्थनावां का उत्तर आंदा आ, परमेश्वर सुनदा आ, लोग चंगे हुंदे ने। हाँ, अज भी परमेश्वर वड्डे चमत्कार कर रहा, और ये हुंदे रहणगे। आमीन, आमीन, हालेलुया, ये हुंदे रहणगे। पर भाई अमृतपाल सिंह जी दे उन्हां दी गलत फहमी है। हाँ, बोलो की है कि उन्हें छड्ड दिता परमेश्वर ने, नहीं छड्डिया नहीं है। हाँ, नहीं तो तीसरे दिन जी ना उठते, तो अज वो बैठे बैठे ना होंगे। इन इस ज्ञान नू समझन दे लई एक जगह लिखा, बिना आत्मा कोई नहीं कहता यीशु मसीह श्रापित है, और बिना आत्मा असीं उहदियां आत्मा दियां गल्लां नहीं समझ सकते, क्योंकि बाइबल विच लिखिया शरीरिक मनुष्य शरीर दियां गल्लां ते मन लांदे ने, क्योंकि शरीर दे नाल ये गल कर रहा, आत्मा दी गल और है। कादे नाल गल कर रही है अमृतपाल भाई जी? शरीर नाल। पर बिना आत्मा तो बाइबल विच लिखिया कोई
ਉਹਦੀਆਂ ਗੱਲਾਂ ਨੂੰ ਸਮਝ ਨਹੀਂ ਪਾਉਂਦਾ। ਚਾਹੇ ਕਿਸੇ ਨੇ PhD ਕਿਉਂ ਨਹੀਂ ਕੀਤੀ, ਸਭ ਤੋਂ ਉੱਚੀ ਪੜ੍ਹਾਈ ਹੈ ਨਾ PhD ਦੀ, ਚਾਹੇ ਕਿਸੇ ਨੇ PhD ਕਿਉਂ ਨਹੀਂ ਕੀਤੀ, ਉਹ ਵੀ ਇਸ ਬਾਈਬਲ ਦੇ ਗਿਆਨ ਨੂੰ ਨਹੀਂ ਸਮਝ ਸਕਦਾ ਜਦ ਤੱਕ ਉਹ ਉੱਤੇ ਵਿਸ਼ਵਾਸ ਨਹੀਂ ਕਰੇਗਾ ਔਰ ਯਿਸੂ ਮਸੀਹ ਨੂੰ ਆਪਣਾ ਉਧਾਰ ਕਰਤਾ ਨਹੀਂ ਮੰਨੇਗਾ, ਉਹ ਵੀ ਨਹੀਂ ਸਮਝ ਸਕਦਾ। ਆਮੀਨ। ਪਰ ਇੱਕ ਅਨਪੜ੍ਹ ਵਿਅਕਤੀ ਵੀ ਜਦੋਂ ਯਿਸੂ 'ਤੇ ਵਿਸ਼ਵਾਸ ਕਰਦਾ ਹੈ, ਬੋਲੋ, ਜਦੋਂ ਅਨਪੜ੍ਹ ਵਿਅਕਤੀ ਵੀ ਜਦੋਂ ਯਿਸੂ ਮਸੀਹ 'ਤੇ ਵਿਸ਼ਵਾਸ ਕਰਦਾ ਹੈ ਤਾਂ ਪਰਮੇਸ਼ੁਰ ਉਹਦੇ ਨਾਲ ਵੀ ਕੰਮ ਕਰਦਾ ਹੈ। ਆਮੀਨ। ਇਸੇ ਲਈ ਉਹਨੇ ਕਿਹਾ ਮੇਰਾ ਗਿਆਨ ਸੰਸਾਰ ਦੇ ਗਿਆਨ ਤੋਂ ਪਰੇ ਆ, ਸਮਝਦੇ ਹਾਂ। ਔਰ ਉਹਨੂੰ ਸਮਝਣ ਦੇ ਲਈ ਬਾਈਬਲ 'ਚ ਲਿਖਿਆ ਪਵਿੱਤਰ ਲੋਕਾਂ ਨਾਲ ਮਿਲ ਕੇ ਸਮਝਣ ਦੀ ਕੀ ਪਾਓ ਸ਼ਕਤੀ। ਪਵਿੱਤਰ ਲੋਕ ਉਹ ਲੋਕ ਜਿਨ੍ਹਾਂ ਨੇ ਆਪਣਾ ਜੀਵਨ ਯਿਸੂ ਮਸੀਹ ਨੂੰ ਦੇ ਦਿੱਤਾ, ਜਿਨ੍ਹਾਂ ਨੇ ਹਿਰਦੇ ਤੋਂ ਉਹਨੂੰ ਆਪਣਾ ਕੀ ਮੰਨਿਆ, ਕੀ ਮੰਨਿਆ, ਉਧਾਰ ਕਰਤਾ, ਮੁਕਤੀਦਾਤਾ। ਕਿਉਂਕਿ ਯਿਸੂ ਮਸੀਹ ਕਿਸੇ ਦਾ ਧਰਮ ਨਹੀਂ, ਉਹ ਜੀਵਨ ਬਦਲਣ ਲਈ ਆਏ ਹੈ, ਉਹ ਪਾਪ ਤੋਂ ਸਾਨੂੰ ਬਚਾਉਣ ਲਈ ਆਏ ਹੈ। ਕੀ ਆਏ ਨੇ ਉਹ? ਪਾਪ ਤੋਂ ਸਾਨੂੰ ਬਚਾਉਣ ਲਈ ਆਏ ਆ। ਸੋ ਇਹ ਸੱਚ ਆ, ਬੋਲੋ ਕੀ ਆਏ, ਇਹ ਸੱਚ ਆ ਜਿਹਨੂੰ ਅਸੀਂ ਜਾਣਿਆ ਹੈ। ਪਰ ਜੋ ਲੋਕ ਨਹੀਂ ਜਾਣਦੇ ਉਹ ਕੁਛ ਵੀ ਇੱਥੋਂ ਬਾਈਬਲ 'ਚੋਂ ਦੋ ਗੱਲਾਂ ਲੈਣਗੇ ਔਰ ਉਹ ਬੋਲਣਗੇ, ਪਰ ਉਹਨਾਂ ਦਾ ਇੱਕ ਮਤਲਬ ਨਹੀਂ ਆ, ਬਹੁਤ ਸਾਰੇ ਮਤਲਬ ਬਣਦੇ ਨੇ। ਬੋਲੋ, ਇੱਕ ਮਤਲਬ ਨਹੀਂ ਹੁੰਦਾ, ਉਹਦੇ ਬਹੁਤ ਸਾਰੇ ਮਤਲਬ ਬਣਦੇ ਨੇ। ਸਮਝ ਆ ਰਹੀ ਆ? ਤੂੰ ਨਾਲੇ ਛੱਡਿਆ ਨਹੀਂ ਆ, ਉਹ ਪਰਮੇਸ਼ੁਰ ਨੂੰ ਫਿਰ ਕੀ ਕਰਤਾ, ਤੀਸਰੇ ਦਿਨ ਮੁਰਦਿਆਂ 'ਚੋਂ ਜ਼ਿੰਦਾ ਕਰਤਾ। ਅੱਜ ਵੀ ਕਬਰ ਖਾਲੀ ਆ ਔਰ ਪਰਮੇਸ਼ੁਰ ਦੇ ਉਹ ਸੱਜੇ ਪਾਸੇ ਵਿਰਾਜਮਾਨ ਨੇ, ਬੈਠੇ ਹੋਏ ਨੇ। ਆਮੀਨ, ਆਮੀਨ, ਹਾਲੇਲੂਇਆ। ਚਾਹੇ ਕੁਛ ਵੀ ਕੋਈ ਬੋਲੇ, ਕਿਸੇ ਦੇ ਬੋਲਣ ਦੇ ਨਾਲ ਖੁਦਾ ਦਾ ਕੰਮ ਨਾ ਰੁਕਣਾ ਹੈ ਅਤੇ ਨਾ ਅੱਜ ਤੱਕ ਰੁਕਿਆ ਹੈ। ਹਾਂ, ਯਿਸੂ ਮਸੀਹ ਨੂੰ 2022 ਸਾਲ ਹਾਂ ਹੋ ਗਏ ਨੇ, 2022 ਸਾਲ ਹੋ ਗਏ ਨੇ। ਉਸ ਸਮੇਂ ਵੀ ਵਿਰੋਧ ਹੋਇਆ, ਯਿਸੂ ਮਸੀਹ ਦਾ ਵੀ ਵਿਰੋਧ ਹੋਇਆ, ਚੇਲਿਆਂ ਦਾ ਵੀ ਹੋਇਆ, ਸ਼ੁਰੂ 'ਚ ਵੀ ਹੋਇਆ, ਹਾਂ, ਔਰ ਅੱਜ ਵੀ ਕੀ ਹੋ ਰਿਹਾ, ਹੋ ਰਿਹਾ। ਇਹ ਸ਼ੁਰੂ ਤੋਂ ਹੁੰਦਾ ਆਇਆ, ਕਿਉਂਕਿ ਸੱਚਾਈ ਹੈ। ਯਿਸੂ ਮਸੀਹ ਨੇ ਕਿਹਾ ਮੇਰੇ ਨਾਮ ਦੇ ਕਰਕੇ ਲੋਕ ਤੁਹਾਡੇ ਨਾਲ ਵੈਰ ਰੱਖਣਗੇ, ਪਰ ਉਹਨੇ ਕਿਹਾ ਡੰਡ ਸਬੰਧੋ, ਹੌਸਲਾ ਰੱਖੋ, ਮੈਂ ਸੰਸਾਰ ਨੂੰ ਜਿੱਤ ਲਿਆ ਹੈ। ਆਮੀਨ, ਮੈਂ ਸੰਸਾਰ ਨੂੰ ਜਿੱਤ ਲਿਆ ਹੈ। ਪਰ ਉਹਨੇ ਕਿਹਾ ਮੇਰੇ ਨਾਮ ਕਰਕੇ ਲੋਕ ਤੁਹਾਡੇ ਨਾਲ ਵੈਰ ਰੱਖਣਗੇ। ਸਮਝ ਆ ਰਹੀ ਹੈ? ਪਰ ਉਹਨੇ ਵੀ ਕਿਹਾ ਕਿ ਤਨ ਨੇ ਜੋ ਮੇਰੇ ਨਾਮ ਦੇ ਕਰਕੇ ਸਤਾਏ ਜਾਂਦੇ ਨੇ ਉਹ ਤਨ ਨੇ, ਕਿਉਂਕਿ ਉਸ ਤੋਂ ਬਾਅਦ ਉਹ ਕੀ ਪਾਣਗੇ, ਕਿਹੜਾ ਜੀਵਨ ਪਾਣਗੇ, ਅਨੰਤ ਜੀਵਨ ਪਾਣਗੇ। ਤੋ ਜੋ ਸੱਚ ਨੂੰ ਸਮਝ ਕੇ ਉਹ ਜਾਣਦੇ ਨੇ। ਪਰ ਠੀਕ ਹੈ, ਅਗਰ ਕੋਈ ਬੋਲ ਰਿਹਾ ਤਾਂ ਸਾਡਾ ਮਤਲਬ ਬਣਦਾ ਉਹਨੂੰ ਰਿਪਲਾਈ, ਉੱਤਰ ਦੇਣਾ। ਕੀ ਦੇਣਾ ਇਹਨਾਂ ਗੱਲਾਂ ਦਾ? ਉੱਤਰ ਦੇਣਾ। ਆਮੀਨ।